ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪ੍ਰੈਜ਼ੈਂਟ ਪਰਫੈਕਟ ਟੈਂਸ। ਪ੍ਰੈਜ਼ੈਂਟ ਪਰਫੈਕਟ ਟੈਂਸ ਉਸ ਵੇਲੇ ਵਰਤਿਆ ਜਾਂਦਾ ਹੈ ਜਦੋਂ ਕੰਮ ਹੁਣੇ ਹੁਣੇ ਖਤਮ ਹੋਇਆ ਹੋਵੇ। ਪ੍ਰੈਜ਼ੈਂਟ ਦੇ ਵਿੱਚ ਪਰਫੈਕਟਲੀ ਕੰਮ ਹੋ ਚੁੱਕੇ। ਇਸ ਦਾ ਸਟਰਕਚਰ ਸਬਜੈਕਟ ਪਲੱਸ ਹੈਜ਼ ਦੇ ਹੈਵ ਪਲੱਸ ਵਰਬ ਦੀ ਥਰਡ ਫੋਰਮ ਪਲੱਸ ਆਬਜੈਕਟ। ਸਬਜੈਕਟ ਜੇ ਆਪਣਾ ਹੀ ਸ਼ੀ ਇਟ ਹੋਵੇ ਤਾਂ ਫਿਰ ਹੈਜ਼ ਹੁੰਦਾ, ਆਈ ਵੀ ਦੇ ਅਤੇ ਯੂ ਹੋਵੇ ਤਾਂ ਹੈਵ ਹੁੰਦਾ। ਦੁਬਾਰਾ ਸੁਣ ਲਓ, ਹੀ ਸ਼ੀ ਅਤੇ ਇਟ ਯਾਨੀ ਥਰਡ ਪਰਸਨ ਸਿੰਗੂਲਰ ਹੋਵੇ ਤਾਂ ਹੈਜ਼ ਲੱਗਣਾ, ਜੇ ਫਸਟ ਪਰਸਨ ਚਾਹੇ ਸਿੰਗੂਲਰ ਅਤੇ ਚਾਹੇ ਪਲੂਰਲ ਹੋਵੇ, ਸੈਕਿੰਡ ਪਰਸਨ ਹੋਵੇ ਜਾਂ ਫਿਰ ਥਰਡ ਪਰਸਨ ਪਲੂਰਲ ਹੋਵੇ ਤਾਂ ਹੈਵ ਲੱਗਣਾ, ਨਾਲ ਵਰਬ ਦੀ ਥਰਡ ਫੋਰਮ ਹੀ ਲੱਗਣੀ ਹੈ ਅਤੇ ਆਬਜੈਕਟ। ਜੇ ਆਪਣਾ ਸੈਂਟੈਂਸ ਇੰਟਰੋਗੇਟਿਵ ਹੋਵੇ ਤਾਂ ਆਹ ਚੀਜ਼ ਉੱਠ ਕੇ ਅੱਗੇ ਆ ਜਾਂਦੀ ਹੈ, ਸੈਂਟੈਂਸ ਇੰਟਰੋਗੇਟਿਵ ਹੋ ਜਾਂਦਾ। ਐਗਜ਼ਾਮਪਲ ਦੇਖੋ, ਆਪਾਂ ਇੰਗਲਿਸ਼ ਪੜ੍ਹਨੀ ਸ਼ੁਰੂ ਕਰ ਚੁੱਕੇ ਹਾਂ, ਇਸ ਦੇ ਵਿੱਚ ਤੁਹਾਨੂੰ ਕੋਈ ਵੀ ਕਮਜ਼ੋਰੀ ਮਹਿਸੂਸ ਹੁੰਦੀ ਹੈ, ਕੋਈ ਗੱਲ ਸਮਝ ਨਹੀਂ ਆਉਂਦੀ ਤਾਂ ਨੀਚੇ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤਾਂ ਕਿ ਉਸ ਕਮੀ ਨੂੰ ਦੂਰ ਕੀਤਾ ਜਾ ਸਕੇ। ਵੀ ਹੈਵ ਸਟਾਰਟਡ ਲਰਨਿੰਗ ਇੰਗਲਿਸ਼, ਵੀ ਹੈਵ ਸਟਾਰਟਡ ਲਰਨਿੰਗ ਇੰਗਲਿਸ਼। ਅਸੀਂ ਇੰਗਲਿਸ਼ ਸਿੱਖਣੀ ਸ਼ੁਰੂ ਕਰ ਚੁੱਕੇ ਹਾਂ, ਹੈਵ ਤੋਂ ਪਤਾ ਲੱਗਦਾ ਵੀ ਆਪਾਂ ਸ਼ੁਰੂ ਕਰ ਚੁੱਕੇ ਹਾਂ, ਸਟਾਰਟਡ ਸ਼ੁਰੂ ਕਰ ਚੁੱਕੇ ਹਾਂ, ਅਸੀਂ ਇੰਗਲਿਸ਼ ਸ਼ੁਰੂ ਕਰ ਚੁੱਕੇ ਹਾਂ। ਜੇ ਇਹੀ ਗੱਲ ਤੁਸੀਂ ਕਿਸੇ ਤੋਂ ਪੁੱਛਣਾ ਚਾਹੁੰਦੇ ਹੋ, ਕੀ ਤੁਸੀਂ ਇੰਗਲਿਸ਼ ਸਿੱਖਣੀ ਸ਼ੁਰੂ ਕਰਤੀ ਹੈ, ਤਾਂ ਹੈਵ ਯੂ ਸਟਾਰਟਡ ਲਰਨਿੰਗ ਇੰਗਲਿਸ਼ ਕੁਸ਼ਚਨ ਮਾਰਕ। ਇਹ ਇੰਟਰੋਗੇਟਿਵ ਹੋ ਗਿਆ। ਇਸੇ ਤਰ੍ਹਾਂ ਇੱਕ ਸੈਂਟੈਂਸ ਆਪਾਂ ਹੋਰ ਲੈ ਲੈਂਦੇ ਹਾਂ, ਹੀ ਹੈਜ਼ ਰੀਚਡ, ਹੀ ਹੈਜ਼ ਰੀਚਡ ਐਟ ਦ ਟੋਪ, ਉਹ ਸਿਖਰ ਤੇ ਪਹੁੰਚ ਗਿਆ ਹੈ, ਪਹੁੰਚ ਚੁੱਕਿਆ ਹੈ ਜਾਂ ਪਹੁੰਚ ਗਿਆ ਹੈ, ਮਤਲਬ ਹੁਣ ਉਹ ਪਹੁੰਚ ਚੁੱਕਿਆ ਉੱਥੇ। ਹੀ ਹੈਜ਼ ਰੀਚਡ ਐਟ ਦ ਟੋਪ। ਜੇ ਇਸਨੂੰ ਇੰਟਰੋਗੇਟਿਵ ਬਣਾਉਣਾ ਤਾਂ ਹੈਜ਼ ਹੀ ਰੀਚਡ ਐਟ ਦ ਟੋਪ ਕੁਸ਼ਚਨ ਮਾਰਕ। ਹੈਜ਼ ਹੀ ਰੀਚਡ ਐਟ ਦ ਟੋਪ, ਹੈਜ਼ ਚੱਕ ਕੇ ਅੱਗੇ ਲੈ ਆਉਂਦਾ। ਹੁਣ ਜੇ ਇਹਨਾਂ ਨੂੰ ਆਪਾਂ ਨੈਗੇਟਿਵ ਬਣਾਉਣਾ ਹੋਵੇ, ਵੀ ਹੈਵ ਸਟਾਰਟਡ ਲਰਨਿੰਗ ਇੰਗਲਿਸ਼, ਵੀ ਹੈਵ ਨੋਟ, ਇੱਥੇ ਆਪਾਂ ਨੋਟ ਲਾ ਦਿਆਂਗੇ, ਤਾਂ ਵੀ ਹੈਵ ਨੋਟ ਸਟਾਰਟਡ ਲਰਨਿੰਗ ਇੰਗਲਿਸ਼, ਅਸੀਂ ਹਜੇ ਇੰਗਲਿਸ਼ ਲਰਨਿੰਗ ਸ਼ੁਰੂ ਨਹੀਂ ਕੀਤੀ। ਜੇ ਆਪਾਂ ਇੰਟਰੋਗੇਟਿਵ ਨੈਗੇਟਿਵ ਬਣਾਉਣੀ ਹੋਵੇ ਤਾਂ ਹੈਵ ਯੂ ਨੋਟ ਸਟਾਰਟਡ ਲਰਨਿੰਗ ਇੰਗਲਿਸ਼, ਕੀ ਤੁਸੀਂ ਅਜੇ ਤੱਕ ਇੰਗਲਿਸ਼
ਲਰਨਿੰਗ ਸ਼ੁਰੂ ਨਹੀਂ ਕੀਤੀ? ਕੀ ਤੁਸੀਂ ਹਜੇ ਤੱਕ ਇੰਗਲਿਸ਼ ਸਿੱਖਣੀ ਸ਼ੁਰੂ ਨਹੀਂ ਕੀਤੀ? ਆਹ ਹੈ ਅਸੀਂ ਅਜੇ ਤੱਕ ਇੰਗਲਿਸ਼ ਲਰਨਿੰਗ ਨਹੀਂ ਸ਼ੁਰੂ ਕੀਤੀ। ਹੀ ਹੈਜ ਰੀਚਡ ਐਟ ਦ ਟੋਪ, ਹੀ ਹੈਜ ਨਾਟ ਰੀਚਡ ਐਟ ਦ ਟੋਪ। ਜਾਂ ਇੰਟਰੋਗੇਟਿਵ ਨੈਗੇਟਿਵ ਬਣਾਉਣ ਵਾਸਤੇ ਹੈਜ ਹੀ ਨਾਟ ਰੀਚਡ ਐਟ ਦ ਟੋਪ। ਇਸ ਤਰੀਕੇ ਨਾਲ ਆਪਾਂ ਪ੍ਰੈਜੈਂਟ ਪਰਫੈਕਟ ਟੈਂਸ ਬਣਾ ਸਕਦੇ ਹਾਂ। ਕੁਛ ਹੋਰ ਐਗਜ਼ਾਮਪਲ ਦੇਖ ਲਈਏ। ਸ਼ੀ ਹੈਜ ਡਿਸਾਈਡਿਡ ਟੂ ਗੋ, ਉਸਨੇ ਜਾਣ ਦਾ ਫੈਸਲਾ ਕਰ ਲਿਆ। ਹੈਜ ਸ਼ੀ ਡਿਸਾਈਡਿਡ ਟੂ ਗੋ, ਇੰਟਰੋਗੇਟਿਵ ਹੋ ਗਿਆ। ਦੀਵਾਨ ਹੈਜ ਫਿਨਿਸ਼ਡ ਹਿਸ ਵਰਕ, ਹੈਜ ਦੀਵਾਨ ਫਿਨਿਸ਼ਡ ਹਿਸ ਵਰਕ। ਤਾਂ ਇਸ ਤਰੀਕੇ ਨਾਲ ਤੁਸੀਂ ਹੋਰ ਵੀ ਪ੍ਰੈਕਟਿਸ ਕਰ ਸਕਦੇ ਹੋ, ਨਵੇਂ ਸੈਂਟੈਂਸ ਬਣਾ ਕੇ ਕਮੈਂਟ ਦੇ ਵਿੱਚ ਪਾ ਸਕਦੇ ਹੋ, ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਹਾਨੂੰ ਸਮਝ ਆ ਗਿਆ ਹੈ। ਅਤੇ ਇਸੇ ਤਰ੍ਹਾਂ ਸਾਡੇ ਚੈਨਲ ਦੇ ਨਾਲ ਬਣੇ ਰਹੋ, ਅਸੀਂ ਹੋਰ ਵੀ ਇਸੇ ਤਰ੍ਹਾਂ ਦੇ ਵੀਡੀਓਜ਼ ਬਣਾ ਕੇ ਲਿਆਉਂਦੇ ਰਹਾਂਗੇ। ਜੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਪੁਰਾਣੇ ਦਰਸ਼ਕਾਂ ਵਾਸਤੇ ਮੈਂ ਕਹਿੰਦਾ ਹਾਂ ਕਿ ਇਸ ਨੂੰ ਵੱਧ ਤੋਂ ਵੱਧ ਦੋਸਤਾਂ ਨਾਲ ਸ਼ੇਅਰ ਕਰੋ, ਤਾਂ ਕਿ ਹੋਰ ਵੀ ਲੋਕ ਫਾਇਦਾ ਉਠਾ ਸਕਣ। ਲੋਕ ਆਇਲ ਸੈਂਟਰਾਂ 'ਤੇ ਜਾ ਕੇ ਬਹੁਤ ਸਾਰੇ ਪੈਸੇ ਖਰਚਦੇ ਹਨ, ਉਹ ਪੈਸੇ ਖਰਚਣ ਤੋਂ, ਸਮੇਂ ਬਰਬਾਦ ਕਰਨ ਤੋਂ ਬਚ ਸਕਣ। ਇਸੇ ਵਿੱਚ ਭਲਾਈ ਹੈ। ਅਤੇ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ, ਜੇ ਨਹੀਂ ਆਈ ਬੇਸ਼ੱਕ ਡਿਸਲਾਈਕ ਕਰ ਦੇਣਾ, ਪਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਚੈੱਕ ਕਰ ਲੈਣਾ ਕਿ ਘੰਟੀ ਬਟਨ 'ਤੇ ਕਲਿੱਕ ਕਰਤਾ, ਤਾਂ ਕਿ ਤੁਹਾਨੂੰ ਨਾਲ ਦੀ ਨਾਲ ਮੈਸੇਜ ਆ ਸਕੇ। ਧੰਨਵਾਦ।